जस पंजाबी देख रहे सारे दर्शकों का जी आयां नूं, मैं हाँ थोड़े नाल हरकीरत सिंह आलूवालिया। नॉर्थ अमेरिका दे विच वसदे सारे व्यूअर्स नूं मेरी तरफों प्यार भरी सत श्री अकाल। लैके हाजिर हाँ तुहाडा हरमन प्यारा शो जस कैमरे की नज़र। इस शो दे विच कोशिश हुंदी है असी हर वीक तुहाडे लई लैके आने हां कि कुछ वापरिया पिछले वीक नॉर्थ अमेरिका दे विच। शुरुआत करदे हां पहली खबर दे नाल। शिकागो पीज़ा फ्रेंचाइजी कैलिफोर्निया तो मल्ला मार के हुण ट्राई स्टेट न्यूयॉर्क विखे भी पहुँच चुकी है। न्यू जर्सी विखे एडिसन विखे इन्हां दी ओपनिंग हुई, उस तो बाद फ्लोरल पार्क विखे न्यूयॉर्क विखे इन्हां दी ओपनिंग हुई, जिथे शिकागो पीज़ा दे फाउंडर हरप्रीत अय्या ने पहुँच के रिबन कटिंग सैरेमनी दे विच शमूलियत की और फ्रेंचाइजी ऑनर्स किन्ने उत्साहित नज़र आए। आओ वेखदे हां साडे सहयोगी सुखा संघा दी ए रिपोर्ट। शिकागो पीज़ा विद द ट्विस्ट ग्रैंड ओपनिंग इन एडिसन लोकेशन इन एडिसन न्यू जर्सी एंड 2668 Woodbridge Avenue, Edison. Chicago Pizza with a twist! ਤੇ ਲਓ ਜੀ, ਕੈਲੀਫੋਰਨੀਆ ਤੇ ਮੱਲਾ ਮਾਰ ਕੇ ਹੁਣ ਟ੍ਰਾਈ ਸਟੇਟ ਪਹੁੰਚ ਚੁੱਕਿਆ ਸ਼ਿਕਾਗੋ ਪੀਜ਼ਾ ਫਰੈਂਚਾਈਜ਼ੀ ਔਰ ਐਡੀਸਨ ਦੇ ਵਿੱਚ ਪਹਿਲੀ ਫਰੈਂਚਾਈਜ਼ੀ ਆਈ ਹੈ ਨਿਊ ਜਰਸੀ ਦੇ ਵਿੱਚ, ਜਿੱਥੇ ਅੱਜ ਗ੍ਰੈਂਡ ਓਪਨਿੰਗ ਹੈਗੀ ਹੈ ਇਸ ਫਰੈਂਚਾਈਜ਼ੀ ਦੇ ਵਿੱਚ। ਅਤੇ ਤੁਸੀਂ ਵੇਖ ਸਕਦੇ ਹੋ ਕਾਫੀ ਸਾਰੇ ਜਿਹੜੇ ਇੱਥੇ ਗੈਸਟ ਨੇ ਫਰੈਂਚਾਈਜ਼ੀ ਓਨਰ ਦੇ ਉਹ ਪਹੁੰਚ ਚੁੱਕੇ ਨੇ, ਕਈ ਸਾਰੇ ਫਰੈਂਚਾਈਜ਼ੀ ਓਨਰਸ ਨੇ ਵੱਖ ਵੱਖ ਸਟੇਟਾਂ ਤੋਂ ਉਹ ਪਹੁੰਚ ਚੁੱਕੇ ਨੇ। ਅਤੇ ਹੁਣ ਕਿਵੇਂ ਫੀਲ ਕਰ ਰਹੇ ਨੇ ਇੱਥੇ ਆ ਕੇ ਐਡੀਸਨ ਨਿਊ ਜਰਸੀ ਦੇ ਵਿੱਚ ਇਸ ਫਰੈਂਚਾਈਜ਼ੀ ਦੇ ਵਿੱਚ? ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਨਾਮ? ਸਤਿ ਸ਼੍ਰੀ ਅਕਾਲ ਜੀ। ਕਿਵੇਂ ਲੱਗ ਰਿਹਾ ਤੁਹਾਨੂੰ ਪੀਜ਼ਾ? ਜਤਵੰਤ ਸਿੰਘ, ਹਾਂਜੀ ਬਹੁਤ ਅੱਛਾ ਜੀ, ਬਹੁਤ ਅੱਛਾ ਪੀਜ਼ਾ ਲੱਗ ਰਿਹਾ। ਕਿੱਥੋਂ ਆਏ ਹੋ ਤੁਸੀਂ? ਮੈਂ ਕਾਟਰ ਤੋਂ ਆਇਆ ਜੀ, ਨਿਊ ਜਰਸੀ ਤੋਂ ਹੀ। ਵਧੀਆ ਲੱਗਿਆ ਪੀਜ਼ਾ? ਬਹੁਤ ਅੱਛਾ ਲੱਗਾ ਜੀ, ਬਹੁਤ ਅੱਛਾ ਲੱਗਾ ਜੀ। ਕਿਹੜਾ ਖਾ ਰਹੇ ਹੋ? ਇਹ ਵੈਜੀ ਹੈਗਾ ਜੀ, ਐਕਚੁਲੀ ਪਨੀਰ ਟਿੱਕਾ। ਹਾਂਜੀ ਪਨੀਰ ਟਿੱਕਾ ਜੀ, ਹਾਂਜੀ ਵੈਜੀ ਹੈਗਾ, ਬਹੁਤ ਅੱਛਾ ਲੱਗਾ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਕਿਵੇਂ ਲੱਗਿਆ ਪੀਜ਼ਾ? ਬਹੁਤ ਜ਼ਿਆਦਾ ਸੋਹਣਾ ਹੈਗਾ ਪੀਜ਼ਾ, ਬਹੁਤ ਸਵਾਦ ਹੈ ਪੀਜ਼ਾ, ਵੈਜੀਟੇਬਲ ਆ। ਹਾਂਜੀ। ਤੇ ਤੁਹਾਡੇ ਟਾਊਨ ਦੇ ਵਿੱਚ ਹੁਣ ਜਰਸੀ ਦੇ ਵਿੱਚ ਖੁੱਲ ਗਿਆ, ਤੁਹਾਡਾ ਆਪ ਦਾ ਫੇਵਰਿਟ ਮਨਪਸੰਦ ਦਾ? ਬਹੁਤ ਅੱਛਾ ਲੱਗਾ ਜੀ, ਬਹੁਤ ਅੱਛਾ ਲੱਗਾ ਸਾਨੂੰ ਜੀ। ਹਾਂਜੀ ਬਹੁਤ ਹੀ ਅੱਛਾ ਲੱਗਾ, ਬਹੁਤ ਧੰਨਵਾਦ। ਹੁਣ ਟ੍ਰਾਈ ਸਟੇਟ ਦੀ ਆਪਾਂ ਗੱਲ ਕਰ ਰਹੇ ਹਾਂ, ਟ੍ਰਾਈ ਸਟੇਟ ਦੇ ਵਿੱਚ ਜਰਸੀ ਦੇ ਵਿੱਚ ਨਿਊ ਜਰਸੀ ਦੇ ਵਿੱਚ ਪਹਿਲਾ ਆਊਟਲੈਟ ਆਇਆ ਔਰ ਇਸ ਪਹਿਲੇ ਆਊਟਲੈਟ ਦੇ ਫਰੈਂਚਾਈਜ਼ੀ ਓਨਰ ਵੀ ਮੈਂ ਨਹੀਂ ਕਹਾਂਗਾ ਕਿ ਥ੍ਰੀ ਇਡੀਅਟਸ ਹਨ, ਪਰ ਦੇ ਆਰ ਥ੍ਰੀ ਐਂਡ ਦੇ ਹੈਵ ਇਨਵੈਸਟਿਡ ਦੇਅਰ ਮਨੀ ਟੁਗੈਦਰ। ਹਾਊ ਦੇ ਆਰ ਫੀਲਿੰਗ, ਇਹਨਾਂ ਦੀ ਕੀ ਐਕਸਾਈਟਮੈਂਟ ਲੈਵਲ ਹੈ ਅੱਜ ਗ੍ਰੈਂਡ ਓਪਨਿੰਗ ਦੇ ਵਿੱਚ, ਜਾਣ ਲੈਂਦੇ ਹਾਂ। ਦਵਿੰਦਰ ਭਾਅ ਜੀ ਮੌਜੂਦ ਨੇ, ਗੁਰਪ੍ਰੀਤ ਭਾਅ ਜੀ, ਸੁਖਜਿੰਦਰ ਭਾਅ ਜੀ, ਤਿੰਨੋਂ ਅੱਜ ਮਿਹਨਤ ਦੇ ਨਾਲ ਟਵਿਸਟ ਕਰ ਰਹੇ ਨੇ ਪੀਜ਼ੇ ਨੂੰ ਔਰ ਇਹ ਲੋਕੇਸ਼ਨ ਇਹਨਾਂ ਨੇ ਕਿਉਂ ਖੋਲ੍ਹੀ, ਜਾਣ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਭਾਅ ਜੀ, ਕਿੱਦਾਂ? ਵਾਈ ਦਿਸ ਲੋਕੇਸ਼ਨ? ਇੱਕ ਤਾਂ ਭਾਅ ਜੀ ਇੱਥੇ ਆਪਣੇ ਜਿਹੜੇ ਇੰਡੀਅਨ ਲੋਕ ਉਹ ਬਹੁਤ ਨੇ, ਦੂਜੀ ਗੱਲ ਵੀ ਇਹਦੀ ਜਿਹੜੀ ਲੋਕੇਸ਼ਨ ਆ ਬਹੁਤ ਵਧੀਆ। ਤੁਸੀਂ ਦੇਖਿਆ ਵੀ ਅਸੀਂ ਆਪਣਾ ਪੂਰਾ ਯੋਗਦਾਨ ਪਾਇਆ ਅਤੇ ਪੂਰਾ ਜ਼ੋਰ ਲਾ ਕੇ ਬਣਾਇਆ, ਭਾਅ ਜੀ ਹੁਣੀ ਡਿਜ਼ਾਈਨਰ ਨੇ ਸਾਰੇ ਜਿਹੜਾ ਬਣਾਇਆ ਹੈਗਾ ਡਾਈਨਿੰਗ। ਕੀ ਕਹਿਣਾ ਚਾਹੋਗੇ ਅੱਜ ਦੀ ਇਸ ਓਪਨਿੰਗ ਬਾਰੇ? ਹਾਂਜੀ, ਪਹਿਲਾਂ ਤਾਂ ਸਾਰੇ ਤੁਹਾਡੇ ਜਸ ਪੰਜਾਬੀ ਟੀਮ ਦਾ ਥੈਂਕ ਯੂ ਆ, ਤੁਸੀਂ ਆਏ ਹੋ ਅਤੇ ਆਪਣੇ ਹੋਰ ਸਾਰੇ ਭੈਣ ਭਰਾ ਜਿਹੜੇ ਪਹੁੰਚੇ ਆ ਉਹਨਾਂ ਦਾ ਸਾਰਿਆਂ ਦਾ ਥੈਂਕ ਯੂ ਤੇ ਨਾਲ ਸਾਡੀ ਇਸ ਖੁਸ਼ੀ ਦੇ ਵਿੱਚ ਸ਼ਾਮਿਲ ਹੋਏ ਨੇ। ਬਾਕੀ ਹਰਪ੍ਰੀਤ ਦਈਆ ਭਾਅ ਜੀ ਹੋਣੀ, ਸ਼ਰਨ ਭਾਅ ਜੀ, ਨਵੀਨ ਭਾਅ ਜੀ, ਉਹਨਾਂ ਦਾ ਸਾਰਿਆਂ ਦਾ ਥੈਂਕ ਯੂ ਹੋਣੀ। ਇੱਦਾਂ ਦੀ ਇੱਕ ਚੀਜ਼ ਆਉਂਦੀ ਜਿਹਨੂੰ ਸਾਰੇ ਐਕਸਾਈਟਮੈਂਟ ਨਾਲ ਓਪਨ ਕਰ ਰਹੇ ਆ, ਡੇ ਬਾਈ ਡੇ ਡੇਲੀ ਬੇਸਿਸ 'ਤੇ ਸਟੋਰ 'ਤੇ ਸਟੋਰ ਓਪਨ ਹੋ ਰਿਹਾ ਨੇਸ਼ਨ ਵਾਈਡ। ਈਸਟ ਕੋਸਟ ਵਿੱਚ ਮੋਸਟਲੀ ਯੂ ਵਿਲ ਸੀ ਐਵਰੀ ਸਟੇਟ ਹੈਜ਼ ਵਨ ਸਟੋਰ। ਤੁਹਾਨੂੰ ਲੱਗਦਾ ਕਿ ਜਿਹੜੀ ਇਨਵੈਸਟਮੈਂਟ ਲਾਈ ਹੈ ਉਹ ਇਟ ਵਿਲ ਗੈਟ ਰਿਕਵਰ ਐਂਡ ਅੱਗੇ ਗਾਂ ਤੁਸੀਂ ਸੋਚਦੇ ਹੋ ਕਿ ਫਿਊਚਰ ਵਧੀਆ? 100% 100% ਇਫ ਇਟ ਵਾਜ਼ਨਟ ਲਾਈਕ ਦੈਟ ਵੀ ਆਪਾਂ ਖੋਲ੍ਹਣਾ ਨਹੀਂ ਸੀ, ਅਤੇ ਆਪਾਂ ਨੂੰ ਪਹਿਲਾਂ ਟੇਸਟ ਕੀਤਾ ਜਾ ਕੇ ਉੱਥੇ ਸਟੋਰ ਦੇ ਵਿੱਚ ਬੱਜੀ ਨੇ ਜਿਹੜੇ ਭਾਅ ਜੀ ਚਲਾਉਂਦੇ ਸੀਗੇ, ਅਤੇ ਮੇਰੀ ਵਾਈਫ ਨੂੰ ਵੀ ਬਹੁਤ ਵਧੀਆ ਲੱਗਾ, ਸਾਰਿਆਂ ਨੇ ਪਸੰਦ ਕੀਤਾ ਪੀਜ਼ਾ। ਅਤੇ ਜਿਹੜੀ ਆਊਟ ਆਫ ਆਪਣੇ ਰਿਵਿਊ ਦੇਖੀਆਂ ਸੀ ਬੜੀਆਂ, ਬਹੁਤ ਲੋਕਾਂ ਨੇ ਵਧੀਆ ਵਧੀਆ ਦਿੱਤੀਆਂ, ਅਸੀਂ ਆਪ ਵੀ ਟੇਸਟ ਕੀਤਾ, ਵਧੀਆ ਵਧੀਆ ਡਿਫਰੈਂਟ ਸਮਥਿੰਗ ਡਿਫਰੈਂਟ ਆਪਣੇ ਜਿਹੜੇ ਪੰਜਾਬੀ ਕਮਿਊਨਿਟੀ ਨੂੰ ਚਾਹੀਦਾ ਸੀ ਇਹ ਸਟੋਰ ਇੱਥੇ। ਹਰਪ੍ਰੀਤ ਭਾਅ ਜੀ ਜੋ ਕਿ ਵਨ ਆਫ ਦੀ ਫਾਊਂਡਰ ਹਨ ਸ਼ਿਕਾਗੋ ਪੀਜ਼ਾ ਫਰੈਂਚਾਈਜ਼ ਦੇ, ਅੱਜ ਐਡੀਸਨ ਨਿਊ ਜਰਸੀ ਵਿਖੇ ਕੀ ਕਹਿਣਾ ਚਾਹੁੰਦੇ ਹਨ ਪਹੁੰਚ ਕੇ ਐਂਡ ਵਟ ਹੀ ਇਜ਼ ਫੀਲਿੰਗ ਐਂਡ ਕਿਵੇਂ ਹੋਰ ਪ੍ਰੋਗਰੈਸਿਵ ਹੋਏਗਾ ਸ਼ਿਕਾਗੋ ਪੀਜ਼ਾ ਟ੍ਰਾਈ ਸਟੇਟ ਦੇ ਵਿੱਚ? ਭਾਅ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਸਾਰੇ ਜਸ ਅਤੇ ਸੁਣਨ ਵਾਲਿਆਂ ਨੂੰ ਅਤੇ ਸਾਡੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਦੀ ਟੀਮ ਵੱਲੋਂ। ਸਾਡੇ ਸਾਰੇ ਇੱਥੇ ਬੰਦੇ ਨਹੀਂ ਪਹੁੰਚ ਸਕੇ, ਪਰ ਅਸੀਂ ਟਰਾਈ ਕਰਦੇ ਹਾਂ ਕਿ ਜਿੱਥੇ ਵੀ ਓਪਨਿੰਗ ਹੋਵੇ ਉੱਥੇ ਆਪਣੀ ਟੀਮ ਪਹੁੰਚੇ। ਸੋ ਸਾਡੇ ਨਾਲ ਅੱਜ ਨਿਊ ਜਰਸੀ ਟੀਮ ਦੇ ਨਾਲ ਦਵਿੰਦਰ ਭਾਅ ਜੀ ਨੇ, ਰੌਬਨ ਨੇ, ਇਹ ਕੈਲੀਫੋਰਨੀਆ ਤੋਂ ਮੂਵ ਹੋਏ ਨੇ ਇੱਥੇ। ਸੋ ਸੁਖਜਿੰਦਰ ਆ, ਹੀ ਇਜ਼ ਆਲਸੋ ਸਾਡੇ ਨਾਲ ਵੀ ਕੰਮ ਕਰਦੇ ਨੇ, ਨਾਲੇ ਆਪਣੇ ਐਡੀਸਨ ਦੀ ਟੀਮ ਨੂੰ ਹੈਲਪ ਕਰਨਗੇ ਇੱਥੇ ਫੋਰ ਅ ਫਿਊਚਰ ਗਰੋਥ। ਅੱਛਾ, ਹੇ ਵਾਟਸ ਯੂਰ ਨੇਮ? ਜਸਰਾਜ। ਜਸਰਾਜ, ਵਿਚ ਵਨ ਇਜ਼ ਯੂਰ ਬੈਸਟ ਪੀਜ਼ਾ? ਆਈ ਡੋਨਟ ਨੋ, ਚੀਜ਼ ਪੀਜ਼ਾ। ਚੀਜ਼ ਪੀਜ਼ਾ, ਵਿਚ ਵਨ ਇਜ਼ ਯੂਰ ਬੈਸਟ? ਸੇਮ ਵਨ ਇਜ਼। ਵਾ, ਯੂ ਡੋਨਟ ਵਾਂਟ ਟੂ ਟਾਕ? ਵਿਚ? ਓ, ਚੀਜ਼ ਡਿਪ, ਯੂ ਲਾਈਕ ਇਟ?
ਐਂਡ ਹੋਰ ਕਿਹੜਾ ਪਸੰਦ ਆ ਹਾਂ ਵਿਚ ਵਨ ਯੂ ਲਾਈਕ ਦ ਮੋਸਟ ਫੇਵਰਿਟ ਪੀਸ ਆਫ ਯੋਰਸ ਚੀਜ਼ ਚੀਜ਼ ਯੂ ਲਾਈਕ ਚੀਜ਼ ਟੂ ਵਿਚ ਵਨ ਯੂ ਲਾਈਕ ਚੀਜ਼ ਵੈਲਕਮ ਸ਼ਿਕਾਗੋ ਪੀਜ਼ਾ ਗੁੱਡ ਲੱਕ We need pizza in this area. Come one, come all. Welcome, welcome, welcome. Her Delicious. Name is Linda, by the way. This is Linda. Oh, Linda. My name is Linda. Linda. Yes. Which one are you trying right now? I think it is tomato with vegetables. Fantastic. Hey, what's your name? My name is Maria. Maria, so which one is your favorite? Plain. I enjoy plain pizza. Okay. And pasta. And pasta. I'm not sure which the pasta is though. ਦੂਜੀ ਲੋਕੇਸ਼ਨ ਹੁਣ ਫਲੋਰਲ ਪਾਰਕ ਦੇ ਵਿੱਚ ਆ ਚੁੱਕੀ ਹੈ ਔਰ ਜ਼ਮੀਨੀ ਪੱਧਰ ਤੇ ਖੁੱਲ ਚੁੱਕੇ ਹੈ ਫਲੋਰਲ ਪਾਰਕ ਦੇ ਵਿੱਚ ਸ਼ਿਕਾਗੋ ਪੀਜ਼ਾ ਮੇਰੇ ਨਾਲ ਸ਼ਾਹਜੀ ਭਾਜੀ ਕੇਜੀ ਭਾਜੀ ਮਾਨ ਭਾਜੀ ਕੁਲਦੀਪ ਭਾਜੀ ਚਾਰੋ ਦੋਸਤਾਂ ਚਾਰੋ ਭਰਾਵਾਂ ਦੀ ਜੋੜੀ ਜੋ ਮਰਜ਼ੀ ਕਹੀਏ ਲੇਕਿਨ ਉਹੀ ਚਾਰ ਫੇਸ ਨੇ ਜਿਨ੍ਹਾਂ ਨੇ ਈਸਟ ਕੋਸਟ ਦੇ ਵਿੱਚ ਇਸ ਫਰੈਂਚਾਈਜ਼ੀ ਨੂੰ ਹੁਣ ਦੇ ਵਿੱਚ ਲੈ ਕੇ ਆਉਂਦਾ ਅਤੇ ਵਿਦ ਅ ਟਵਿਸਟ ਸ਼ਿਕਾਗੋ ਪੀਜ਼ਾ ਹੁਣ ਟਵਿਸਟ ਦੇ ਨਾਲ ਫਲੋਰ ਪਾਰਕ ਦੇ ਵਿੱਚ ਖੁੱਲ੍ਹਣ ਜਾ ਰਿਹਾ ਅੱਜ ਇਸ ਗ੍ਰੈਂਡ ਓਪਨਿੰਗ ਦੇ ਵਿੱਚ ਚਾਰੋ ਕੀ ਕਹਿਣਾ ਚਾਹੁਣਗੇ ਉਹ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸ਼ੁਰੂਆਤ ਕਰਦੇ ਹਾਂ ਸ਼ਾਹਜੀ ਹੋਰਾਂ ਨਾਲ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਜਸ ਪੰਜਾਬੀ ਦਾ ਧੰਨਵਾਦ ਕਰਦਾ ਅਤੇ ਸਾਡੀ ਜਿਹੜੀ ਲੋਕੇਸ਼ਨ ਆ ਫਲੋਰਲ ਪਾਰਕ ਵਾਲੀ ਆ 259/07 ਹਿੱਲ ਸਾਈਡ ਐਵਨਿਊ ਆ ਫਲੋਰ ਪਾਰਕ ਵਿੱਚ ਖੁੱਲ੍ਹਣ ਜਾ ਰਹੀ ਆ ਅੱਜ ਗ੍ਰੈਂਡ ਓਪਨਿੰਗ ਆ ਪਹਿਲੀ ਸਾਡੀ ਲੋਕੇਸ਼ਨ ਹੈਗੀ ਆ ਰਿਚਮੰਡ ਹਿੱਲ 117/02 ਅਟਲਾਂਟਿਕ ਐਵਨਿਊ ਅਸੀਂ ਬਹੁਤ ਬਹੁਤ ਖੁਸ਼ ਹਾਂ ਵੀ ਸਾਡੀ ਜਿਹੜੀ ਫਸਟ ਲੋਕੇਸ਼ਨ ਆ ਬਹੁਤ ਜ਼ਿਆਦਾ ਕਾਮਯਾਬ ਆ ਅਤੇ ਬੜੀ ਆਸ ਰੱਖਦੇ ਹਾਂ ਵੀ ਇਹ ਵੀ ਲੋਕੇਸ਼ਨ ਪਰਮਾਤਮਾ ਕਿਰਪਾ ਕਰੇ ਚੜ੍ਹਦੀਆਂ ਕਲਾਂ ਦੇ ਵਿੱਚ ਮਤਲਬ ਬਖਸ਼ੇ ਗ੍ਰੈਂਡ ਓਪਨਿੰਗ ਆ ਐਵਰੀਬਡੀ ਤੁਹਾਡੇ ਜਿੰਨੇ ਆਡੀਅੰਸ ਆ ਜਿਹੜੇ ਦੇਖ ਰਹੇ ਨੇ ਆਉਣ ਟੇਸਟਿੰਗ ਕਰਨ ਐਂਡ ਰਿਸਪੋਂਸ ਦੇਣ ਕਮੀਆਂ ਦੱਸਣ ਸਾਨੂੰ ਜਿਸ ਕੇ ਕਮੀਆਂ ਨੂੰ ਸੁਧਾਰਾਂਗੇ ਐਂਡ ਵੀ ਨਾ ਗੋਨਾ ਸਟਾਪ ਹੇਅਰ ਵੀ ਗਾਟ ਨਿਊਯਾਰਕ ਸਟੇਟ ਵੀ ਗੋਨਾ ਸਟਾਰਟ ਫਰੋਮ ਹੇਅਰ ਫਾਈਵ ਬੋਰਰਸ ਲੋਂਗ ਆਈਲੈਂਡ ਐਂਡ ਵੀ ਗੋਨਾ ਗੋ ਆਲ ਦ ਵੇ ਅਪ ਟੂ ਦ ਬਫਲੋ ਵੀ ਗੋਨਾ ਟੱਚ ਕੈਨੇਡਾ ਵੈਰੀ ਸੂਨ ਦੂਜੀ ਲੋਕੇਸ਼ਨ ਅੱਜ ਖੋਲ੍ਹੀ ਆ ਆਲਮੋਸਟ ਲਾਸਟ ਨਵੰਬਰ ਤੋਂ ਅਸੀਂ ਉਡੀਕ ਕਰ ਰਹੇ ਸੀ ਵੀ ਕਿੱਦਣ ਓਪਨ ਹੋਵੇ ਬਟ ਫਾਈਨਲੀ ਚਲੋ ਅੱਜ ਦਿਨ ਆ ਗਿਆ ਅਤੇ 23rd 'ਤੇ ਆਪਾਂ ਇਹਨੂੰ ਓਪਨ ਕੀਤਾ ਆ ਅਤੇ ਸਾਰੇ ਅਸੀਂ ਖੁਸ਼ ਹਾਂ ਅਤੇ ਅਸੀਂ ਚਾਹੁੰਦੇ ਹਾਂ ਆਓ ਟਰਾਈ ਕਰੋ 259/07 ਹਿੱਲ ਸਾਈਡ ਐਵਨਿਊ ਅਤੇ ਜਿੱਦਾਂ ਸਾਨੂੰ ਰਿਚਮੰਡ ਪਿਆਰ ਦਿੱਤਾ ਉਸ ਤਰ੍ਹਾਂ ਨਾਲ ਸਾਨੂੰ ਇੱਥੇ ਹਿੱਲ ਸਾਈਡ ਵਾਲੀ ਲੋਕੇਸ਼ਨ ਜਿਹੜੀ ਫਲੋਰ ਪਾਰਕ ਆ ਉਹਨੂੰ ਵੀ ਦਿਓ ਥੈਂਕ ਯੂ ਅਸੀਂ ਵਾਹਿਗੁਰੂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਜਿਹਨੇ ਕਿ ਸਾਨੂੰ ਪਹਿਲੀ ਲੋਕੇਸ਼ਨ ਵਿੱਚ ਬਹੁਤ ਜ਼ਿਆਦਾ ਕਾਮਯਾਬੀ ਬਖਸ਼ੀ ਅਤੇ ਜਿਹਦੇ ਉਤਸ਼ਾਹ ਦੇ ਨਾਲ ਅਸੀਂ ਸੈਕਿੰਡ ਲੋਕੇਸ਼ਨ ਖੋਲ੍ਹਣ ਦਾ ਬੰਦ ਸੋਚਿਆ ਹੁਣ ਸਾਡੀ ਇਹ ਸੈਕਿੰਡ ਲੋਕੇਸ਼ਨ ਖੁੱਲ੍ਹ ਰਹੀ ਆ ਇਸ ਦਾ ਵਾਹਿਗੁਰੂ ਕਰੇ ਤਾਂ ਬਹੁਤ ਸੋਹਣਾ ਹੀ ਰਿਸਪੋਂਸ ਮਿਲੇਗਾ ਹਾਂਜੀ ਭਾਅ ਜੀ ਇਹ ਸਾਡੀ ਜਿਹੜੀ ਸੋਚ ਇੱਦਾਂ ਆ ਵੀ ਜਦੋਂ ਆਪਾਂ ਇੱਥੇ ਆਉਂਦੇ ਹਾਂ ਯੂ ਐੱਸ ਦੇ ਵਿੱਚ ਆਪਣੀਆਂ ਕਾਫੀ ਜਿਹੜੀਆਂ ਉਹਦੇ 'ਚ ਲੈਕ ਆਫ ਐਜੂਕੇਸ਼ਨ ਲੈਕ ਆਫ ਨੌਲੇਜ ਲੈਕ ਆਫ ਕਮਿਊਨਿਟੀ ਰਿਲੇਸ਼ਨਸ ਉਹ ਕਾਫੀ ਜਿਹੜੀਆਂ ਚੀਜ਼ਾਂ ਦੇ ਵਿੱਚ ਆਪਾਂ ਨੂੰ ਸਟਰਗਲ ਕਰਨੀ ਪੈਂਦੀ ਆ ਸੋ ਅਸੀਂ ਉਹਨੂੰ ਸਾਰਿਆਂ ਨੂੰ ਸੋਚ ਕੇ ਜਿਹੜਾ ਪਲੇਟਫਾਰਮ ਸ਼ੁਰੂ ਕੀਤਾ ਕਿ ਜਿਹੜਾ ਇੱਕ ਸ਼ਿਕਾਗੋਜ਼ ਪੀਜ਼ਾ ਵਿਦ ਅ ਟਵਿਸਟ ਫਰੈਂਚਾਈ ਨੈਟਵਰਕ ਆ ਉਹ ਇੱਕ ਇਕੱਲਾ ਬਿਜ਼ਨਸ 'ਤੇ ਫੋਕਸ ਨਹੀਂ ਕਰਦਾ ਇਹ ਕਮਿਊਨਿਟੀ ਨੂੰ ਇੱਕ ਪਲੇਟਫਾਰਮ 'ਤੇ ਲਿਆ ਕੇ ਇਕੱਠੇ ਕਰਨ ਦੀ ਟਰਾਈ ਕਰਦਾ ਇਹ ਬੱਚਿਆਂ ਨੂੰ ਜੋਬ ਓਪਰਚੁਨਿਟੀ ਸਾਡਾ ਸਕੋਲਰਸ਼ਿਪ ਪ੍ਰੋਗਰਾਮ ਜਿਹੜਾ ਅਸੀਂ ਲਾਂਚ ਕਰਨ ਜਾ ਰਹੇ ਹਾਂ ਉਹ ਵੀ ਆ ਰਿਹਾ ਹੈ ਬੜੀ ਛੇਤੀ ਜਿਹੜਾ ਅਸੀਂ ਇੰਟਰੋਡਿਊਸ ਕਰਾਵਾਂਗੇ ਪਨੀਰ ਪੀਜ਼ਾ ਖਾਧਾ ਕਿਵੇਂ ਲੱਗਿਆ ਬਹੁਤ ਸਵਾਦ ਹੈ ਹਾਂ ਬਹੁਤ ਟੇਸਟੀ ਹੈ ਘਰ ਵਾਲੇ ਜਿੱਦਾਂ ਰੋਟੀ ਹੁੰਦੀ ਇੱਦਾਂ ਦਾ ਬਹੁਤ ਵਧੀਆ ਪਿਆ ਬਹੁਤ ਵਧੀਆ I had a butter chicken is very good very soft melts in your mouth is very good must try of course ਬਹੁਤ ਵਧੀਆ and I hope all the best to them growth hogi and it's very tasty bahut swaad se ga must try family friends ona de bacche han ki janna chahunde han aur ki oh khana pasand karde ona jaan lene hai sat sri akal bachche ne my name is Jaspreet I've been trying Chicago pizza for a while now I've tried a bunch of flavors I think my favorite has to be the veggie with paneer and the white sauce so definitely try it out we have a new opening in Floral Park a lot of people used to ask us to open it closer home so we definitely did and I hope you guys try it out so do you think load sigi floral park de vich yeah mainu lagda bahut load si kyunki itthe bahut punjabi log jithe richmond hill de vich vi punjabiyan da ਪੰਜਾਬੀਆਂ ਦੀ ਜਗ੍ਹਾ ਹੈਗੀ ਆ
ਪਰ ਇੱਥੇ ਵੀ ਹੈਗੀ ਆ ਅਤੇ ਇੱਥੇ ਦੂਜੇ ਹੈਗੇ ਪੀਜ਼ਾ ਹਟ ਪਾਪਾ ਜਾਨਸ ਇੱਦਾਂ ਦੇ ਪਰ ਇਸ ਤਰ੍ਹਾਂ ਦਾ ਕੋਈ ਹੈ ਨਹੀਂ ਸੋ ਮੈਨੂੰ ਲੱਗਦਾ ਕਿ ਅਲੱਗ ਤਰ੍ਹਾਂ ਲੈ ਕੇ ਲੋਕਾਂ ਨੂੰ ਪਸੰਦ ਲੱਗਦਾ ਆਈ ਥਿੰਕ ਦੇ ਆਰ ਗੋਇੰਗ ਟੂ ਲਾਈਕ ਇਟ ਅ ਲੋਟ ਸੋ ਹਾਊ ਮੱਚ ਪ੍ਰਾਊਡ ਯੂ ਫੀਲ ਫੋਰ ਯੂਰ ਡੈਡ I'm actually very proud. We never imagined we would come this far, opening two locations of Chicago Pizza, and there's definitely more to come. So we really look forward ki tusi sare jane aao te pizza khao te sada try karo. Punjabiyan nu kis tarike naal networking karani hai tri-state de vich is de layi Punjabi Chamber of Commerce da nirman kita gaya. Punjabi Chambers of Commerce de vich pahunche Anupam Kher ne utthe maujood ਐਂਟਰਪ੍ਰੀਨਿਓਰਸ ਨੂੰ ਉਤਸ਼ਾਹਿਤ ਕੀਤਾ ਅਤੇ ਮੋਟੀਵੇਟ ਕਰਨ ਦੇ ਲਈ ਉਹਨਾਂ ਨੇ ਕੀ ਕੁਝ ਕਿਹਾ ਆਓ ਵੇਖਦੇ ਹਾਂ ਹਸੀ ਮਜ਼ਾਕ ਵੀ ਹੋਇਆ ਲੇਕਿਨ ਇਸ ਹਸੀ ਮਜ਼ਾਕ ਦੇ ਦੌਰਾਨ ਪੰਜਾਬੀ ਚੈਂਬਰ ਆਫ ਕਾਮਰਸ ਦੇ ਰੀਪ੍ਰਜੈਂਟੇਟਿਵ ਅਤੇ ਟਰੱਸਟੀ ਵੱਲੋਂ ਕੀ ਕੁਝ ਸੁਨੇਹਾ ਦਿੱਤਾ ਗਿਆ ਆਓ ਵੇਖਦੇ ਹਾਂ ਸਾਡੇ ਸਹਿਯੋਗੀ ਸੁੱਖਾ ਸੰਘਾ ਦੀ ਇਹ ਰਿਪੋਰਟ ਵਾਈ ਡਿਡ ਵੀ ਫਾਰਮ ਦ ਪੀਸੀਸੀ ਐਂਡ ਯੂ نو ਵਾਟ ਇਨਸਪਾਇਰਡ ਅਸ ਟੂ ਹੈਵ ਦਿਸ ਕ੍ਰੇਜ਼ੀ ਗਰੁੱਪ ਐਂਡ ਇਵੈਂਟ So, in order to really understand, you guys have to, I have to tell you a few short stories and some experiences which really led us to form this group. So, a few years ago, one of my favorite cousins from Ludhiana was visiting us. It's okay guys, keep talking. I'll keep talking too. And where does every person want to go when they come from India? No, they always land in New York. No, Niagara Falls, exactly. And then all of us, we go in the car and we go to Niagara Falls. And then sometimes you get stopped at the border because you realize your relatives didn't have a visa to go into Canada. Let's be honest. So we went to Niagara, and you know, my cousin has this really bad habit. Anybody who he sees Punjabi, he walks up to them. Hanji, kedi jagah de hai tusi? Which means, where are you from? Now, before you make fun of my cousin, my kids will tell you that I do the same exact thing. So it is a family trait. So after, you know, talking to 3-4 people this way, we were walking and we found this gentleman. And to be honest, he was just hanging out on a corner. And then my cousin says, same thing. Where are you from? And I forgot the place where he is from. And then he says to him, oh, by the way, we have a restaurant. It's a little bit further out. Well, we can't go because, you know, we have a car. It's parked all the way down there. It was so hard for us to find parking. We'll just have a hot dog or whatever. He's like, no, trust me. I'll drive you to this restaurant. So now, before we knew it, me, my wife, my two kids, and my three relatives from India, somehow, the seven of us, were going into the minivan, crunching in, and having this strange man drive us, and we had no idea where we're going. Okay. And, you know, and at the end of the day, you know, my wife is giving me the evil eye, and she said, this guy could be a mass murderer, and you got us into this mess. But anyway, we got to the restaurant, the food was good, and we ended up having a great time. So this is just a simple example of networking. Our media partner and this is the man, Harkirat, Penny, his boss. They are covering this event and we are going to be featured in at least a 30-minute program on their network. So make sure you're always smiling. The next one, we are going to honor our platinum sponsor,
Let me invite Stephanie C. Kim from BCB Bank. First, I'd like to thank Mr. Gary, who I just found out tonight. His name is actually Gupert G, which he didn't say that to me, I guess because he thought I wasn't Punjabi. So thank you. And just, I do want to, you know, get the elephant out of the room. I know you guys are probably looking at my chudas like, did she just pick that up from, you know, Oak Tree Road? No. I actually got married last year in Ludhiana to a Punjabi from the pen. So, and that's my husband, Narinder Singh Chauhan. So I just wanted to, we're really proud. We're super excited for the PCC and everything that they're doing. For the Punjabi community. Mainu to baro pata lag gaya si Punjabi da function hai koi 50 jaffiyan pa liyan main. 50 jaffiyan paiyan na lagda. In fact, I tweeted about it that I'm going to an event which is larger than life. I want to first apologize to the women's panel over here. We had to shift it, so I'm sorry about that. Because I had a prior commitment, so sorry about that. I'm very happy to be here. Mainu बहुत अच्छा लग रहा है, लग रहा है मैं अपने सौर्या दे घर आ गया. सौर्या दे घर. एंड इट्स वंडरफुल टू सी सो मच ऑफ लव वार्म्थ. एक एक पैक सारे ने लगाया हुआ है. नहीं, चार. आई वाज बीइंग सटल अबाउट इट, बट मैंने पता जी पंजाबी बोलने के पांच पाल लाए थे जी, तुसी रहन दो. This might be one of your biggest experience with such a great concentration of Punjabis here in New York. That's exaggerating a little because I'm from Punjab. And means to, you want me to make them happy? Yes. But yeah, that's not the truth. We're all cool. But yes, one of the best gatherings of Punjabis in New York, which is the best thing about this place. Punjabiyan di apa khasiyat hai ki hai ki ek Punjabi gallan baatan tayar ho gayi hain, do Punjabi ਪੈਗ ਤਿਆਰ ਹੋ ਗਿਆ, ਤਿੰਨ ਪੰਜਾਬੀ ਕਮੇਟੀ ਜਾਂ ਕਿੱਟੀ ਤਿਆਰ ਹੋ ਗਈ. ਕੀ ਲੱਗਦਾ ਤੁਹਾਨੂੰ, ਕੀ ਰਾਏ ਦਓਗੇ ਇਹਨਾਂ ਨੂੰ? ਇਹ ਤਾਂ ਕਮਾਲ ਹੈ. ਤੋ ਇਸ ਬੜੀ ਖੁਸ਼ੀ ਕੀ ਜਗ੍ਹਾ ਕਿਹੜੀ ਹੋ ਸਕਦੀ ਹੈ? ਤੁਸੀਂ ਦੱਸਿਓ, ਮੈਂ ਤੁਹਾਨੂੰ ਦੱਸਾਂ ਇੱਕ ਵਾਰ, ਥੋੜ੍ਹਾ ਮੈਨੂੰ ਉੱਠਣਾ ਪਏਗਾ. ਆਈ ਮਸਟ ਟੈਲ ਯੂ ਦਿਸ, ਪੰਜਾਬੀ ਦਾ ਇੱਕ ਪੈਗ ਅਤੇ ਉਹ ਬੜਾ ਜ਼ੋਰ ਦਾ ਉੱਚਦਾ, ਟੱਕ ਛਿੱਕਾ ਟੱਕ ਛਿੱਕਾ ਟੱਕ ਛਿੱਕਾ. ਦੋ ਪੈਗ ਹੋਰ ਵੀ ਟੱਕ ਛਿੱਕਾ ਡੰਗ ਛਿੱਕਾ ਡੰਗ ਛਿੱਕਾ. ਤਿੰਨ ਪੈਗ ਹੋਰ ਵੀ, ਫਿਰ ਉਹ ਬਹੁਤ ਚੜ ਜਾਂਦੀ ਹੈ ਪੰਜ ਛੇ ਪੰਜ, ਫਿਰ ਉਹਨੂੰ ਲੱਗਦਾ ਉਹ ਬਹੁਤ ਹਿੱਲ ਰਿਹਾ, ਮਗਰ ਕਰ ਸਿਰਫ ਐਕਸ ਹੁੰਦਾ ਖਟਕ ਛੰਗ ਛਿੱਕਾ ਛੰਗ ਛਿੱਕਾ ਛੰਗ ਛਿੱਕਾ. ਯੂ ਆਰ ਰਾਈਟ ਸਰ. ਉਸ ਤੋਂ ਬਾਅਦ ਮੈਨੂੰ ਲੱਗਦਾ ਜਦ ਬਟ ਦੇ ਆਰ, ਤੁਸੀਂ ਜਿਹੜੇ ਵੀ ਹੈਗੇ ਨੇ ਬਹੁਤ ਹਾਰਡ ਵਰਕਿੰਗ ਹੈਗੇ ਨੇ, ਹਾਰਡ ਵਰਕਿੰਗ ਵਿਦ ਅ ਸਮਾਈਲ, ਵਿਦ ਹੈਪੀਨੈਸ, ਵਿਦ ਗ੍ਰੇਟ ਜੋਏ. ਆਈ ਰੀਅਲੀ ਲੁੱਕ ਫੋਰਵਰਡ ਟੂ ਮੀਟਿੰਗ ਅ ਕੈਬ. ਆਈ ਟੇਕ ਲੋਟ ਆਫ ਕੈਬਸ because I that's my only way to connect with people, and I have such an amazing time with talking to people, whatever their situation is, personal life is, but they are happy people. So this room, you asked me ki hega tha ek khushiyan da guldasta nahi, khushiyan da garden hega. Sasikal paaji, sasikal ji. Aap ji pehla dasso ki hega hai aur kyon aaj dinner organize kita gaya? Asi eh ji grand opening hai ki sade Punjabi Chamber of Commerce di. ਅਸੀਂ ਬੜੇ ਖੁਸ਼ ਹਾਂ ਕਿ ਅਸੀਂ ਜੋ ਬਿਯੋਂਡ ਸਾਡੀ ਐਕਸਪੈਕਟੇਸ਼ਨ ਦੇ ਇਹ ਜੋ ਇੰਨੀ ਕਾਮਯਾਬੀ ਸਾਨੂੰ ਮਿਲ ਰਹੀ ਹੈ, ਇਹ ਸਾਡੇ ਲਈ ਇੱਕ ਬੜੀ ਵੱਡੀ ਉਤਸ਼ਾਹ ਹੈਗਾ ਵੇ ਕਿ ਅਸੀਂ ਗੋਇੰਗ ਫਾਰਵਰਡ ਅਸੀਂ ਇਸ ਚੈਂਬਰ ਨੂੰ ਵਾਕਈ ਅਸੀਂ ਬੜੇ ਵੱਡੇ ਸਕੇਲ ਤੇ ਲੈ ਕੇ ਆ ਸਕਦੇ ਹਾਂ. ਥੈਂਕ ਯੂ ਵੈਰੀ ਮੱਚ. ਸੋ ਨਾਓ ਵੀ ਹੈਵ ਮਨੀ ਬਖਸ਼ੀ ਫਰੋਮ ਸਿੰਘ ਐਂਡ ਸਿੱਖ ਡਿਸਟ੍ਰੀਬਿਊਟਰਸ ਨਾਨਕ ਸਵੀਟਸ. ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਹਾਊ ਮੱਚ ਹੀ ਇਜ਼ ਐਕਸਾਈਟਡ ਐਂਡ ਪੰਜਾਬੀ ਚੈਂਬਰ ਆਫ ਕਾਮਰਸ ਯੂਥ ਓਰੀਐਂਟਡ ਕਿਵੇਂ ਬਣੇਗਾ? ਥੈਂਕ ਯੂ. I'm glad to be a part of the PCC Chambers of Commerce. We're part of the trustees and we're very happy to support Gary in this event. It's our inaugural gala today, and from Sing and Sing Distributors and Nanak Foods, we want to wish everybody a very good luck, and we look forward for this event to go sky's the limit for us. So now we have Gary Parsreja, Gurpreet Singh ji sade naal maujood ne, one of the board members of Punjabi Chamber of Commerce. How much excited he is for this gala night dinner? Kinne excited ne aaj? Sab to pehla thank you very much. Aur bahut sona tusi event aaj kita hoya. Te ki kehna chahoge, sare Punjabi ikatthe ho gaye ek platform de utte. Dekho ji, edda hai
ਪੰਜਾਬੀ ਅਸੀਂ ਸਾਰੇ ਲੋਕਾਂ ਦੀ ਸੇਵਾ ਕਰਨ ਨੂੰ ਤਿਆਰ ਹੈਗੇ ਹਾਂ। ਅਸੀਂ ਹੁਣ ਅੱਜ ਦੇਖੋ ਇੰਨੀ ਲੋਕ ਸਾਰੇ ਨਿਊਯਾਰਕ ਨਿਊਜਰਸੀ ਇਲਾਕੇ ਸਾਰੇ ਅਸੀਂ ਇਕੱਠੇ ਮਿਲਾਤਾ ਰਾਈਟ। ਸਾਡਾ ਜਿਹੜਾ ਹੈਗਾ ਕਿ ਅਸੀਂ ਯੂਨਾਈਟ ਕਰਨਾ ਸਾਰਿਆਂ ਨੂੰ ਬਸ। ਸੋ ਆਹ ਹੁਣ ਦੇਖੋ ਲੋਕ ਇੰਨੀ ਖੁਸ਼ੀ ਮਨਾ ਰਹੇ ਹੈ ਕਿ ਅਸੀਂ ਸਾਰੇ ਇਕੱਠੇ ਹੋ ਗਏ ਪਹਿਲੀ ਵਾਰ। ਐਂਡ ਸੋ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵੀ ਸਾਰੇ ਜੁਆਇਨ ਕਰੋ ਸਾਡੇ ਗਰੁੱਪ ਨੂੰ, ਪੰਜਾਬੀ ਚੇਂਬਰ .com 'ਤੇ ਜਾਓ, ਜੁਆਇਨ ਕਰੋ ਐਂਡ ਦੇਖੋ ਕਿ ਅਸੀਂ ਤੁਹਾਡੀ ਕਿੱਦਾਂ ਹੈਲਪ ਕਰ ਸਕਦੇ ਹਾਂ। ਥੈਂਕ ਯੂ। ਸੋ ਨਾਓ ਵੀ ਹੈਵ ਵਨ ਆਫ ਦੀ ਟਰੱਸਟੀਜ਼ ਰਾਜ ਵਾਧਵਾ ਵਿਦ ਅਸ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅੱਜ ਇਸ ਗਾਲਾ ਨਾਈਟ ਡਿਨਰ ਦੇ ਵਿੱਚ ਕੀ ਕੁਝ ਖਾਸ ਹੈਗਾ। ਦੇਖੋ ਜੀ, ਅੱਜ ਦਾ ਗਾਲਾ ਤੁਸੀਂ ਦੇਖਿਆ ਹੀ ਹੈ ਕਿੰਨਾ ਸਕਸੈਸਫੁਲ ਹੋ ਗਿਆ, ਅਤੇ ਸਾਡਾ ਜਿਹੜਾ ਮਕਸਦ ਸੀ ਪੰਜਾਬੀ ਭਰਾਵਾਂ ਨੂੰ ਇਕੱਠਾ ਕਰਨ ਦਾ ਉਹ ਤੁਹਾਡੇ ਸਾਹਮਣੇ ਹੀ ਹੈ। ਅਤੇ ਸਾਨੂੰ ਸਭ ਤੋਂ ਵੱਡੀ ਹੁਣ ਅਨਾਊਂਸਮੈਂਟ ਮਿਲੀ ਹੈ ਕਿ ਜਿਹੜਾ ਸਾਡਾ ਨੈਕਸਟ ਗਾਲਾ ਹੋਏਗਾ ਉਹਦੇ ਵਿੱਚ ਜਿਹੜੇ ਅੱਜ ਕੇਟਰ ਕਰ ਰਹੇ ਨੇ ਸਾਡੇ ਤੰਦੂਰ ਕੇਟਰਸ ਵਿਨੀ ਭਾਅ ਜੀ ਜੋ ਪੰਜਾਬ ਤੋਂ ਨੇ, ਅਤੇ ਉਹਨਾਂ ਨੇ ਅਨਾਊਂਸਮੈਂਟ ਕੀਤੀ ਹੈ ਕਿ ਵੀ ਨੈਕਸਟ ਈਅਰ ਦਾ ਗਾਲਾ ਉਹ ਸਪੋਂਸਰ ਕਰ ਰਹੇ ਨੇ ਸਾਡੇ, ਅਤੇ ਤੁਹਾਡੇ ਲਈ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਇਹ ਉਹ ਕਹਿੰਦੇ ਨੇ, ਮੈਂ ਪੁੱਛਿਆ ਉਹਨਾਂ ਨੂੰ ਕਿਉਂ ਜੀ ਤੁਸੀਂ ਕਰ ਰਹੇ ਹੋ, ਕਹਿੰਦੇ ਮੈਂ ਵੀ ਪੰਜਾਬੀ ਭਰਾਵਾਂ ਲਈ ਕੁਛ ਕਰਨਾ ਚਾਹੁੰਦਾ। 5 ਬੋਰੋ ਬਿਲਡਿੰਗ ਮਟੀਰੀਅਲ ਨਿਊਯਾਰਕ ਵਿਖੇ ਕੰਸਟਰਕਸ਼ਨ ਦੇ ਲਈ ਤੁਹਾਨੂੰ ਵੱਖ ਵੱਖ ਬਿਲਡਿੰਗ ਮਟੀਰੀਅਲ ਪ੍ਰੋਵਾਈਡ ਕਰਦਾ ਹੈ। ਇਹਨਾਂ ਦੀ ਇਨੋਗਰੇਸ਼ਨ ਸੈਰੇਮਨੀ ਦੇ ਵਿੱਚ ਪਹੁੰਚੀ ਸਾਡੀ ਟੀਮ ਨੇ ਕੁਝ ਤਿਆਰ ਕੀਤੀ ਹੈ ਰਿਪੋਰਟ, ਆਓ ਵੇਖਦੇ ਹਾਂ ਇਸ ਰਿਪੋਰਟ ਦੇ ਵਿੱਚ ਹਰਬੰਸ ਸਿੰਘ ਢਿੱਲੋਂ ਜੋ ਕਿ 5 ਬੋਰੋ ਬਿਲਡਿੰਗ ਮਟੀਰੀਅਲ ਦੇ ਓਨਰ ਹਨ, ਕੀ ਕੁਝ ਉਹਨਾਂ ਨੇ ਸੁਨੇਹਾ ਦਿੱਤਾ ਦੇਖਦੇ ਹਾਂ। ਦੋਸਤੋ, ਜਿਵੇਂ ਤੁਹਾਨੂੰ ਪਤਾ ਹੈ ਕਿ ਇਸ ਗੱਲ ਦਾ ਕਿ ਰਿਚਮੰਡ ਹਿੱਲ ਦੇ ਵਿੱਚ ਇੱਕ ਇਹ ਸਪੈਸ਼ਲ ਸਟੋਰ ਹੈ ਕਿ ਰਿਚਮੰਡ ਹਿੱਲ ਜਿਹੜਾ ਉਹ ਕੰਸਟਰਕਸ਼ਨ ਕਰਨ ਵਾਲੀਆਂ ਕੰਪਨੀਆਂ ਅਤੇ ਕੰਸਟਰਕਸ਼ਨ ਕਰਨ ਵਾਲੇ ਲੋਕਾਂ ਦੇ ਨਾਲ ਭਰਿਆ ਪਿਆ, ਪਰ ਇੱਥੇ ਇੱਕ ਗੱਲ ਦੀ ਬਹੁਤ ਵੱਡੀ ਘਾਟ ਸੀ ਕਿ ਇੱਥੇ ਲੋਕਾਂ ਨੂੰ ਵੱਡੇ ਵੱਡੇ ਟੂਲ JVC ਮਸ਼ੀਨਾਂ ਵਰਗੇ ਟੂਲ ਜਿਹੜੇ ਨੇ ਉਹ ਰੈਂਟ ਕਰਨ ਵਾਸਤੇ ਦੂਰ ਦੂਰ ਬ੍ਰੋਂਕਸ ਤੱਕ ਜਾਣਾ ਪੈਂਦਾ ਸੀ। ਪਰ ਮੈਂ ਸਮਝਾਂਗਾ ਕਿ 130 ਸਟਰੀਟ ਦੇ ਉੱਤੇ ਜਿਹੜਾ 5 ਬੋਰੋ ਜਿਵੇਂ ਉਹਨਾਂ ਨੇ ਪਹਿਲਾਂ ਬਿਲਡਿੰਗ ਸਪਲਾਈ ਦਾ ਜਿਹੜਾ ਸੀ ਉਹ 116 ਸਟਰੀਟ ਦੇ ਉੱਤੇ ਵੱਡਾ ਸਟੋਰ ਖੋਲ੍ਹਿਆ, ਉਦੋਂ ਬਾਅਦ ਵੱਡੀਆਂ ਵੱਡੀਆਂ ਮਸ਼ੀਨਾਂ ਜਿਹੜੀਆਂ ਸੀ ਔਰ JVC ਮਸ਼ੀਨਾਂ ਤੱਕ ਟੂਲ ਰੈਂਟਲ ਸਟੋਰ, ਖਾਸ ਤੌਰ ਦੇ ਉੱਤੇ ਸਾਰੇ ਕੰਸਟਰਕਸ਼ਨ ਕਰਨ ਵਾਲਿਆਂ ਵਾਸਤੇ ਇੱਕ ਖੁਸ਼ਖਬਰੀ ਹੈ ਇਹ। ਔਰ ਮੈਂ ਸਮਝਾਂਗਾ ਕਿ ਪੂਰੀ ਪ੍ਰਬੰਧਕ ਕਮੇਟੀ ਇਹਨਾਂ ਦੀ ਜਿਹੜੀ ਹੈਗੀ ਆ, ਪ੍ਰਬੰਧ ਕਰਨ ਵਾਲੇ ਨੌਜਵਾਨ, ਉਹ ਮੁਬਾਰਕ ਦੇ ਹੱਕਦਾਰ ਨੇ ਕਿ ਇਹਨਾਂ ਨੇ ਰਿਚਮੰਡ ਹਿੱਲ ਦੇ ਵਿੱਚ ਹੀ ਆਪਣੇ ਭਾਈਚਾਰੇ ਨੂੰ ਬਹੁਤ ਹੀ ਵਾਜਬ ਕੀਮਤਾਂ ਦੇ ਉੱਤੇ ਜਿਹੜੇ ਨੇ ਵੱਡੇ ਤੋਂ ਵੱਡੇ ਟੂਲ ਜਿਹੜੇ ਨੇ ਉਹ ਰੈਂਟ ਕਰਨ ਦੀ ਸੁਵਿਧਾ ਜਿਹੜੀ ਉਹ ਪ੍ਰਦਾਨ ਕੀਤੀ ਹੈ। ਅੱਜ ਸ਼ਨੀਵਾਰ ਦਾ ਦਿਨ ਹੈ, ਬਹੁਤ ਹੀ ਸਾਡੀ ਕਮਿਊਨਿਟੀ ਦੀਆਂ ਜਿਹੜੀਆਂ ਗਿਣੀਆਂ ਚੁਣੀਆਂ ਮਾਣ ਮੱਤੀਆਂ ਹਸਤੀਆਂ ਉਹਨਾਂ ਨੇ ਅੱਜ, ਭਾਵੇਂ ਕਿ ਸਟੋਰ ਪਹਿਲਾਂ ਖੁੱਲ੍ਹਾ ਸੀ ਪਰ ਅੱਜ ਫਾਰਮੈਲਟਡ ਤੌਰ ਦੇ ਉੱਤੇ ਇੱਕ ਰਿਬਨ ਕੱਟ ਕੇ ਇਸ ਦਾ ਰਸਮੀ ਉਦਘਾਟਨ ਕੀਤਾ, ਜਿਸ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਸਾਡੇ ਹਰਬੰਸ ਸਿੰਘ ਢਿੱਲੋਂ ਜਿਹੜੇ ਕਮਿਊਨਿਟੀ ਦੇ ਬਹੁਤ ਉੱਘੇ ਆਗੂ ਨੇ, ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਦੇ ਸਾਬਕਾ ਪ੍ਰਧਾਨ ਰਘਵੀਰ ਸਿੰਘ ਬੱਬੀ, ਚੇਅਰਮੈਨ ਕਾਲੀ ਜੀ ਔਰ ਹੋਰ ਮਹਿਰਾਜ ਹਸਤੀਆਂ ਜਿਹੜੀਆਂ ਸਾਰੀਆਂ ਇੱਥੇ ਅੱਜ ਪਹੁੰਚੀਆਂ ਹੋਈਆਂ ਨੇ ਮੁਬਾਰਕਬਾਦ ਦੇਣ ਵਾਸਤੇ। ਉਹਨਾਂ ਤੋਂ ਪੁੱਛਦੇ ਹਾਂ ਕਿਉਂਕਿ ਸਾਰੀਆਂ ਸ਼ਖਸੀਅਤਾਂ ਮੋਸਟਲੀ ਕੰਸਟਰਕਸ਼ਨ ਦੇ ਨਾਲ ਜੁੜੀਆਂ ਨੇ ਕਿ ਕਿੰਨਾ ਕੁ ਉਹ ਇਸ ਓਪਨਿੰਗ ਦੇ ਉੱਤੇ ਇਸ ਸਟੋਰ ਦੇ ਉੱਤੇ ਖੁਸ਼ੀ ਮਹਿਸੂਸ ਕਰਦੇ ਨੇ। ਢਿੱਲੋਂ ਸਾਹਿਬ ਕੀ ਕਹੋਗੇ ਅੱਜ? ਅੱਜ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਆ, ਰਿਆੜ ਸਾਹਿਬ ਜਿਹੜਾ ਆਪਣੇ ਕਮਿਊਨਿਟੀ ਦੀ ਕੋਲ ਇਹੋ ਜਿਹਾ ਬਿਜ਼ਨਸ ਨਹੀਂ ਸੀ ਜਿਹੜਾ ਕਿਰਾਏ 'ਤੇ ਵੱਡੀਆਂ ਮਸ਼ੀਨਾਂ ਟੂਲਰ ਵਗੈਰਾ ਰੈਂਟ 'ਤੇ ਕਰ ਸਕਦੇ ਆ, ਅੱਜ ਸਮਝ ਲਓ ਵੀ ਸਾਰੇ ਭਰਾਵਾਂ ਨੇ ਮਿਲ ਕੇ ਆਪਣਾ ਸਟੋਰ ਖੋਲ੍ਹਿਆ 91 ਅਤੇ 130 ਸਟਰੀਟ 'ਤੇ। ਅਸੀਂ ਇਸ ਚੀਜ਼ ਦੀ ਬੜੀ ਖੁਸ਼ੀ ਮਹਿਸੂਸ ਕਰਦੇ ਹਾਂ ਵੀ ਆਪਣੀ ਕਮਿਊਨਿਟੀ ਨੂੰ ਹੁਣ ਦੂਰ ਨਹੀਂ ਕਿਤੇ ਵੀ ਜਾਣਾ ਪਊਗਾ, ਜਿਹੜੀ ਵੀ ਚੀਜ਼ ਕਿਰਾਏ 'ਤੇ ਇੱਥੋਂ ਤੱਕ ਜਨਰੇਟਰ ਜਾਂ ਮਸ਼ੀਨਾਂ ਕੋਈ ਵੀ ਮਿੱਟੀ ਪਟਨਾਲੀਆਂ ਕਰਿਆਨਾ ਐਰਾ ਵਗੈਰਾ ਸਾਰੇ ਸਮਾਨ ਇੱਥੋਂ ਕਿਰਾਏ 'ਤੇ ਮਿਲਦੇ ਆ। ਇਸ ਚੀਜ਼ ਦੀ ਆਪਣੀ ਕਮਿਊਨਿਟੀ ਵਾਸਤੇ ਬੜੀ ਖੁਸ਼ੀ ਦੀ ਗੱਲ ਆ ਜੀ। ਮੈਂ ਅੱਜ ਸਟੋਰ ਖੋਲ੍ਹਣ 'ਤੇ ਸਾਰੇ ਹੀ ਜਿਹੜੇ ਜਿਹੜੇ ਵੀ ਇਹਦੇ ਪਾਰਟਨਰ ਆ ਸਾਰਿਆਂ ਨੂੰ ਵਧਾਈ ਦਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਨੌਜਵਾਨ ਜਿਹੜੇ ਨੇ, ਸਾਡਾ ਦੇਖਣ ਵਾਲੀ ਗੱਲ ਹੈ ਕਿ ਵਿਦੇਸ਼ ਦੇ ਵਿੱਚ ਆ ਕੇ ਪਿੰਡਾਂ ਤੋਂ ਆ ਕੇ ਸਾਡੇ ਨੌਜਵਾਨਾਂ ਦੇ ਵਿੱਚ ਕਿੰਨਾ ਜਜ਼ਬਾ ਆ, ਚਾਹੇ ਉਹ ਧਾਮੀ ਹੈ ਚਾਹੇ ਉਹ ਗੋਪੀ ਹੈ, ਅਸੀਂ ਛੋਟੇ ਨਾਵਾਂ ਨਾਲ ਉਹਨਾਂ ਨੂੰ ਪ੍ਰਨਾਊਂਸ ਕਰਦੇ ਹਾਂ, ਪਰ ਐਡੇ ਐਡੇ ਵੱਡੇ ਬਿਜ਼ਨਸ ਜਿਹੜੇ ਨੇ ਉਹ ਅਸਟੈਬਲਿਸ਼ ਕਰਦੇ ਨੇ, ਇੱਕ ਆਪਣੇ ਆਪ ਦੇ ਵਿੱਚ ਹੀ ਮੈਂ ਸਮਝਾਂਗਾ ਮਿਸਾਲ ਹੈ। ਰਘਵੀਰ ਸਿੰਘ ਬੱਬੀ, ਸਾਬਕਾ ਪ੍ਰਧਾਨ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ, ਬੱਬੀ ਜੀ ਤੁਸੀਂ ਕੰਸਟਰਕਸ਼ਨ ਦਾ ਕੰਮ ਵੀ ਕਰਦੇ ਹੋ, ਤੁਸੀਂ ਇਸ ਵੱਡੀ ਦੁਕਾਨ ਖੋਲ੍ਹਣ ਦੇ ਉੱਤੇ ਕੀ ਫੀਲ ਕਰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਮੁੱਚੀ ਜੋ ਰਿਚਮੰਡ ਹਿੱਲ ਦੀ ਸੰਗਤ ਲਾ ਲਓ, ਸਾਡੇ ਵੀਰ ਭਰਾ ਲਾ ਲਓ ਜਿਹੜੇ ਕੰਸਟਰਕਸ਼ਨ ਦਾ ਕੰਮ ਕਰਦੇ ਨੇ, ਮੈਂ ਬੇਨਤੀ ਕਰਾਂਗਾ ਕਿ ਜਿਸ ਤਰ੍ਹਾਂ ਢਿੱਲੋਂ ਸਾਹਿਬ, ਗੋਪੀ, ਸਾਡਾ ਧਾਮੀ ਸਾਹਿਬ, ਵੀਰ ਸੋਨੀ ਸਾਰਿਆਂ ਨੇ ਰਲ ਕੇ ਇਹ ਬਹੁਤ ਵੱਡਾ ਸਟੋਰ ਖੋਲ੍ਹਿਆ, ਸਾਡਾ ਫਰਜ਼ ਬਣਦਾ ਹੈ ਕਿ ਸਾਰੇ ਹੀ ਇੱਥੇ ਆਓ, ਹਰ ਇੱਕ ਚੀਜ਼ ਦਾ ਜੋ ਟੂਲ ਹਨ ਰੈਂਟਲ ਇੱਥੋਂ ਮਿਲਦੇ ਹਨ, ਸਾਈਡਵਾਕ ਸ਼ੈੱਡ ਦਾ ਸਮਾਨ ਜੋ ਸਾਰਾ ਕੁਝ ਇੱਥੋਂ ਮਿਲਦਾ ਹੈ। ਇਹ ਬਹੁਤ ਵੱਡਾ ਸਟੋਰ ਇਹਨਾਂ ਨੇ ਕਿੱਥੇ ਖੋਲ੍ਹਿਆ ਹੈ? ਇੱਕ ਇਹਨਾਂ ਨੇ 100
15 ਸਟਰੀਟ ਅਤੇ 16 ਦੇ ਵਿੱਚ ਖੋਲ੍ਹਿਆ ਹੈ। ਆਓ ਰਲ ਮਿਲ ਕੇ ਸਾਥ ਦੇਈਏ ਔਰ ਇਹ ਵੱਡੇ ਸਟੋਰਾਂ ਦਾ ਆਪਾਂ ਲਾਭ ਲਈਏ, ਨਾ ਕਿ ਜੋ ਆਪਾਂ ਗੋਰਿਆਂ ਦੇ ਸਟੋਰ 'ਚ ਜਾਂਦੇ ਹਾਂ ਉਹ ਬਹੁਤ ਜ਼ਿਆਦਾ ਰੈਂਟ ਹਾਈ ਸਾਨੂੰ ਲਾਉਂਦੇ ਹਨ। ਇਹ ਵਾਜਬ ਰੇਟ 'ਤੇ ਸਾਰਿਆਂ ਨੂੰ ਰੈਂਟ 'ਤੇ ਚੀਜ਼ਾਂ ਦਿੰਦੇ ਹਨ। ਆਓ ਆ ਕੇ ਆਪਾਂ ਇਹ ਸਟੋਰ ਨੂੰ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਸਾਰੇ ਚੱਲੀਏ ਔਰ ਇਹਨਾਂ ਨੂੰ ਮੈਂ ਆਪਣੇ ਵੱਲੋਂ ਗੁਰਦੁਆਰਾ ਬਾਬਾ ਮੱਖਣ ਸ਼ਾਹ ਦੀ ਟੀਮ ਵੱਲੋਂ ਬਹੁਤ ਬਹੁਤ ਵਧਾਈ ਦਿੰਦਾ ਹਾਂ। ਚੜ੍ਹਦੀ ਕਲਾ ਦੇ ਵਿੱਚ ਸਟੋਰ ਰਹੇ, ਅਸੀਂ ਸਤਿਗੁਰੂ ਅੱਗੇ ਅਰਦਾਸ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਦੋਸਤੋ, ਜਿਵੇਂ ਦੂਜੀਆਂ ਕਮਿਊਨਿਟੀ ਦੀ ਮਿਸਾਲ ਹੈ, ਚਾਹੇ ਉਹ ਚਾਈਨੀ ਹੈ ਚਾਹੇ ਉਹ ਬੰਗਾਲੀ ਹੈ, ਔਰ ਉਹ ਇੱਕ ਦੂਜੇ ਨੂੰ ਵਧਾਉਂਦੇ ਨੇ, ਇੱਕ ਦੂਜੇ ਦੇ ਬਿਜ਼ਨਸ ਨੂੰ ਵਧਾਉਂਦੇ ਨੇ, ਔਰ ਇਸ ਗੱਲ ਦੀ ਵੀ ਗੱਲ ਹੈ ਕਿ ਗਰੰਟੀ ਅਤੇ ਵਿਸ਼ਵਾਸ ਜਿਹੜਾ ਆਪਣੀ ਕਮਿਊਨਿਟੀ ਦੇ ਲੋਕ ਜਿਹੜੇ ਨੇ ਉਹ ਤੁਹਾਨੂੰ ਦੇ ਸਕਦੇ ਆ, ਔਰ ਹੋਰ ਉਹ ਕੋਈ ਵੀ ਨਹੀਂ ਦੇ ਸਕਦਾ। ਸਾਡੇ ਵਿਚਕਾਰ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਦੇ ਮੁੱਖ ਸੇਵਾਦਾਰ, ਮੁੱਖ ਗ੍ਰੰਥੀ ਜਿਹੜੇ ਨੇ, ਹੈੱਡ ਗ੍ਰੰਥੀ ਨੇ, ਗਿਆਨੀ ਜਸਪਾਲ ਸਿੰਘ, ਜਿਹੜੇ ਵਿਦਵਾਨ ਵੀ ਨੇ, ਉਹ ਵੀ ਅੱਜ ਦੁਆਵਾਂ ਦੇਣ ਵਾਸਤੇ ਇੱਥੇ ਪਹੁੰਚੇ ਹੋਏ ਨੇ। ਗਿਆਨੀ ਜੀ ਕੀ ਕਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੜੀ ਖੁਸ਼ੀ ਹੋਈ ਹੈ, ਸਾਡਾ ਬੱਚਾ ਸੋਨੀ, ਗੋਪੀ ਜੀ ਅਤੇ ਧਾਮੀ, ਉਹਨਾਂ ਨੇ ਇਹ ਜੋ ਨਵਾਂ ਕਾਰੋਬਾਰ ਆਰੰਭ ਕੀਤਾ ਹੈ, ਟੂਲ ਰੈਂਟਸ ਦੀ ਜਿਹੜਾ ਇਹਨਾਂ ਨੇ ਸਿਸਟਮ ਬਣਾਇਆ, ਬੜੀਆਂ ਵੱਡੀਆਂ ਵੱਡੀਆਂ ਮਸ਼ੀਨਾਂ ਕੰਸਟਰਕਸ਼ਨ ਦੀਆਂ ਇਹਨਾਂ ਨੇ ਲਿਆਂਦੀਆਂ ਨੇ ਕਿਰਾਏ 'ਤੇ ਦੇਣ ਵਾਸਤੇ। ਮੈਂ ਆਪਣੇ ਵੱਲੋਂ ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਸਿੱਖ ਸੈਂਟਰ ਨਿਊਯਾਰਕ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਅਤੇ ਕਾਮਨਾ ਕਰਦਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨਗੇ, ਇਸੇ ਤਰ੍ਹਾਂ ਅੱਗੇ ਵਧਣਗੇ। ਜਿਸ ਤਰ੍ਹਾਂ ਹੁਣੇ ਆਪਣਾ ਢਿੱਲੋਂ ਸਾਹਿਬ ਅਤੇ ਬੱਬੀ ਜੀ ਦੱਸ ਰਹੇ ਸੀ ਕਿ ਇੱਕ ਦੂਜੇ ਨਾਲ ਸਾਨੂੰ ਜੁੜ ਕੇ ਆਪਣੇ ਕਾਰੋਬਾਰਾਂ ਨੂੰ ਵਧਾਉਣਾ ਚਾਹੀਦਾ, ਅਤੇ ਮੈਨੂੰ ਇੱਕ ਮਿੰਟ ਦੀ ਗੱਲ ਯਾਦ ਆਈ ਵੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਅੰਮ੍ਰਿਤਸਰ ਸ਼ਹਿਰ ਵਸਾਇਆ ਨਾ, ਅਤੇ ਸਿੱਖ ਇਕੱਲੇ ਇਕੱਲੇ ਦੁਕਾਨ ਲਾ ਕੇ ਬਹਿ ਗਏ ਅਤੇ ਕੰਮ ਨਾ ਚੱਲੇ। ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ ਵੀ ਮਹਾਰਾਜ ਅਸੀਂ ਆਏ ਹਾਂ, ਕੰਮ ਤਾਂ ਚੱਲਦਾ ਨਹੀਂ। ਸਤਿਗੁਰੂ ਕਹਿੰਦੇ ਇੱਕ ਦੂਜੇ 'ਤੇ ਡਿਪੈਂਡੈਂਟ ਹੋ ਕੇ ਕੰਮ ਕਰੋ, ਜਦੋਂ ਤੁਹਾਨੂੰ ਇਹਦੀ ਲੋੜ, ਉਹਨੂੰ ਦੂਜੇ ਦੀ ਲੋੜ, ਉਹਨੂੰ ਤੀਜੇ ਦੀ ਲੋੜ, ਉਹ ਫਿਰ ਸਾਰਿਆਂ ਦੇ ਕੰਮ ਚੱਲ ਪੈਣਗੇ। ਤੋ ਇਹ ਬਹੁਤ ਵਧੀਆ ਉਪਰਾਲਾ, ਮੈਂ ਕਾਮਨਾ ਕਰਦਾ ਸਤਿਗੁਰੂ ਇਹਨਾਂ ਨੂੰ ਕਾਮਯਾਬੀਆਂ ਬਖਸ਼ਣ ਅਤੇ ਚੜ੍ਹਦੀਆਂ ਕਲਾ ਬਖਸ਼ਣ ਜੀ, ਇਹ ਹੋਰ ਆਪਣੀ ਕਮਿਊਨਿਟੀ ਦੀ ਵੱਧ ਤੋਂ ਵੱਧ ਸੇਵਾ ਕਰ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬਹੁਤ ਵਧੀਆ ਉਪਰਾਲਾ ਕੀਤਾ ਢਿੱਲੋਂ ਭਾਅ ਜੀ ਔਰ ਸਾਰੇ ਇਹਨਾਂ ਦੇ ਬੇਟੇ ਨਾਲ, ਇਹਨਾਂ ਦੇ ਪਾਰਟਨਰ ਨਾਲ ਰਲ ਕੇ, ਕਿਉਂਕਿ ਇਹਦੀ ਸਾਨੂੰ ਇਸ ਇਲਾਕੇ ਦੇ ਵਿੱਚ ਬਹੁਤ ਜ਼ਰੂਰਤ ਸੀ, ਸਾਡੀ ਕਮਿਊਨਿਟੀ ਨੂੰ ਖਾਸ ਕਰਕੇ। ਕੋਈ ਵੀ ਇਹੋ ਜਿਹਾ ਵੱਡਾ ਹੋਰ ਟੂਲ ਰੈਂਟ ਕਰਨ ਦਾ ਜਾਂ ਕੋਈ ਸੇਲ ਕਰਨ ਦਾ ਕੋਈ ਇਹੋ ਜਿਹਾ ਸਟੋਰ ਇੱਥੇ ਨਹੀਂ ਸੀ, ਔਰ ਇਸ ਕਰਕੇ ਅਸੀਂ ਸਾਰਾ ਇਹਨਾਂ ਦਾ ਸਹਿਯੋਗ ਦਈਏ, ਇਹ ਤੁਹਾਡਾ ਸਹਿਯੋਗ ਦਿੰਦੇ ਨੇ। ਵੱਡੀ ਛੋਟੀ ਮਸ਼ੀਨ ਕੋਈ ਵੀ ਰੈਂਟ 'ਤੇ ਲੈਣੀ ਹੋਵੇ, ਕੋਈ ਸੇਲ ਕਰਨ 'ਤੇ ਲੈਣੀ ਹੋਵੇ, ਅਤੇ ਇਹਨਾਂ ਕੋਲ ਹਰ ਤਰ੍ਹਾਂ ਦਾ ਟੂਲ, ਹਰ ਤਰ੍ਹਾਂ ਦੀ ਮਸ਼ੀਨ ਇਹਨਾਂ ਕੋਲ ਉਪਲਬਧ ਹੈ, ਅਤੇ ਤੁਸੀਂ ਸਾਰੇ ਵੀਰ ਇਹਨਾਂ ਦਾ ਸਹਿਯੋਗ ਦਿਓ, ਇਹ ਤੁਹਾਡਾ ਦਿੰਦੇ ਨੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਆਈ ਵੁੱਡ ਲਾਈਕ ਟੂ ਕੰਗ੍ਰੈਚੁਲੇਟ ਆਰ ਫੈਲੋ ਪੀਪਲ ਅਰਾਊਂਡ ਦ ਨੇਬਰਹੁੱਡ ਦੈਟ ਵੀ ਹੈਵ ਅ ਨਿਊ ਗ੍ਰੈਂਡ ਓਪਨਿੰਗ ਸਟੋਰ ਇਨ ਰਿਚਮਨ ਹਿੱਲ। ਇਟਸ ਅ ਵੈਰੀ ਗੁੱਡ ਹੈਲਪ ਫਾਰ ਆਰ ਕਮਿਊਨਿਟੀ ਪੀਪਲ। We have great rates here. What the materials that we have are all related to construction, any kind of tool, rental is available. We have pipe scaffolds, sidewalk share bridges, and for all your needs, this is the best location you'll need to come to. Vaheguru Ji Ka Khalsa, Vaheguru Ji Ki Fateh, 5-borough building opening, lakh lakh vadhaiyan. Congratulations on the 5-borough building supply opening. Adara Jas Punjabi, jehda ki tuhanu sab to harman pyara channel hai aur tusi ohnu har mauke de utte dekhde ho, assi apni community, apne naujawana, apne bhai chare de business nu lokan tak hor pahunchaun waste apni vachanbadhta jehdi hai us da baqaida taur de utte tuhade naal vaada karde ha ki sade is tarah de bhara business kholan aur assi apne media de rahi unhan nu hor utshahit kariye. So main samjhanga ki assi apne ਅਦਾਰੇ ਵੱਲੋਂ ਵੀ ਅੱਜ ਸ਼ੁਭਕਾਮਨਾਵਾਂ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਚਿਆਂ ਨੂੰ ਕੰਪਿਊਟਰ ਦੇ ਨਾਲ ਜੋੜਨ ਦੇ ਲਈ ਬਰਿੰਦਰ ਸਿੰਘ ਨੇ ਕੋਡਿੰਗ ਸੈਰੇਮਨੀ ਦਾ ਇੱਕ ਪ੍ਰੋਗਰਾਮ ਉਸਾਰਿਆ। ਸਾਡੇ ਸਹਿਯੋਗੀ ਮਾਈਕਲ ਟੈਕਸੇਰਾ ਉੱਥੇ ਪਹੁੰਚੇ ਨਿਊ ਜਰਸੀ ਵਿਖੇ, ਕੀ ਕੁਝ ਕੈਦ ਕੀਤਾ ਉਹਨਾਂ ਨੇ ਆਪਣੇ ਕੈਮਰੇ ਦੇ ਵਿੱਚ, ਆਓ ਵੇਖਦੇ ਹਾਂ। Hey, this is Brinder. I'm from Kodi. We run this coding fair every year. That's our third time we have done it in the school. Goal is to teach kids how to think, how to figure things out. With that in goal, we've been running this coding fair for the past 3 years. First year when we did free of cost, with a lot of kids there. Second year, there was some cost. This year also there was some cost just to cover the events. We were sold out. We had over 150 kids, third to fourth,
fifth, sixth, seventh, eighth graders, all middle schoolers. They learned how to think, how to figure things out. We feel it's very important in this day and age. Kids get into doing things that are not just procedural. They get opportunity to think, to figure things out, so they can be connected with what is out there in the real job market. And that's what we're just aspiring to do. We get a lot of kids that we have taught in the past. They come in to mentor, and we're on a show. Yes, you can download a sprite, you can choose one from the scratch gallery, or you can create one. You know, there's one third thing missing too. There's another way to get a sprite. What is the other way? You can upload it from the internet. What's the other way? Can you take your picture? Can you get a picture on the on scratch? Let me see who can do that. You have 2 minutes to do that. Put your picture in scratch. Let's see who can figure that out. Card number six, we are on. You gotta get your picture in scratch. Let's see. And now next 2 hours is gonna be. Next 2 hours is going to be a lot of work now. We gotta get through cards 6 through 11. And we have a cup stacking challenge. It's first of all, how quickly you get things done. You know, if you do things well, we might do that cup stacking challenge. And if you take too long, we might not. I see a student playing a game called soccer. Oh, man. Turning the computer on and quit the game. Thank you.